ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਹੋਰ ਜਿਹੜੀ ਉੱਤਮ ਅ ਕਣਕ ਦੀ ਕਿਸਮ ਸ਼ਾਨਦਾਰ ਝਾੜ ਵਾਲੀ ਡਬੀਡਬਲ 371 ਜਿਹੜੀ ਕਿ 150 ਦਿਨ ਦੇ ਵਿੱਚ ਸ਼ਾਨਦਾਰ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ ਉਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਸੋ ਕਿਰਪਾ ਕਰਕੇ ਵੀਡੀਓ ਪੂਰੀ ਸੁਣਿਓ ਤੇ ਅੱਗੇ ਕਿਸਾਨ ਵੀਰਾਂ ਨਾਲ ਸ਼ੇਅਰ ਜ਼ਰੂਰ ਕਰਦੇ ਆ ਜੀ ਆਈਆਈ ਡਬਲਯੂ ਬੀਆਰ ਕਰਨਾਲ ਵੱਲੋਂ ਇਹ ਕਿਸਮ ਕਿਸਾਨ ਵੀਰਾਂ ਨੂੰ ਦਿੱਤੀ ਗਈ ਹੈ ਇਸ ਕਰਕੇ ਜਿਹੜੇ ਕਿਸਾਨ ਵੀਰਾਂ ਨੂੰ ਉੱਥੋਂ ਬੀਜ ਮਿਲਿਆ ਜਾਂ ਪਿਛਲੇ ਸਾਲਾਂ ਚ ਲਿਆ ਸੀਗਾ ਉਹੀ ਬੀਜ ਵੇਚਣ ਵਰਤਨ ਦੀ ਜਿਹੜੀ ਕੋਸ਼ਿਸ਼ ਕਰਿਆ ਕਰੋ ਜਿਹੜਾ ਕੋਈ ਪ੍ਰਾਈਵੇਟ ਤੌਰ ਤੇ ਜਾਂ ਤਾਂ ਪੱਕੇ ਬਿੱਲ ਤੇ ਬੀਜ ਲਓ ਜਾਂ ਫਿਰ ਜਿਹੜਾ ਹੈਗਾ ਸੰਸਥਾਨ ਜਿੰਨੇ ਇਹ ਕਿਸਮ ਪੈਦਾ ਕੀਤੀ ਹੈ ਕਰਨਾਲ ਤੋਂ ਆਈਆਈ ਡਬਲਯੂ ਬੀਆਰ ਕਰਨਾਲ ਤੋਂ ਬੀਜ ਲੈਣ ਦੀ ਕੋਸ਼ਿਸ਼ ਕਰੋ ਜਾਂ ਆਪਣੇ ਮਿੱਤਰ ਦੋਸਤੋ ਜਿਨ੍ਹਾਂ ਨੇ ਉੱਥੋਂ ਲਿਆ ਕੇ ਬੀਜ ਬੀਜਿਆ ਉਹ ਤੋਂ ਬੀਜ ਲੈ ਸਕਦੇ ਆ ਬੀਜ ਸੋਧ ਕੇ ਬੀਜਣਾ ਬੀਟਾ ਵੈਕਸ ਨਾਲ ਜਾਂ ਬੀਟਾ ਵੈਕਸ ਪਾਵਰ ਨਾਲ 3 ਗ੍ਰਾਮ ਬੀਟਾ ਵੈਕਸ ਪਾਵਰ ਪ੍ਰਤੀ ਕਿਲੋ ਬੀਜ ਜਾਂ 2 ਗ੍ਰਾਮ ਬੀਟਾ ਵੈਕਸ ਪ੍ਰਤੀ ਕਿਲੋ ਬੀਜ ਤੇ 4 ਮਿਲੀਲੀਟਰ ਕਲੋਰੋਪਾਈਰੀਫਾਸ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਪਹਿਲਾਂ ਕਲੋਰੋ ਨਾਲ ਸੋਧ ਲਓ ਫਿਰ ਬੀਟਾ ਵੈਕਸ ਲਾ ਲਓ ਫਿਰ ਉਹਦੇ ਬਾਅਦ ਜਵਾਨੂ ਖਾਦ ਦਾ ਟੀਕਾ ਲਾਉਂਗੇ ਤਾਂ ਬੀਜ ਦੀ ਸੋਧ ਜਿਹੜੀ ਸ਼ਾਨਦਾਰ ਕਰੋਗੇ ਤਾਂ ਉਹਨਾਂ ਝਾੜ ਸ਼ਾਨਦਾਰ ਮਿਲੇਗਾ 40 ਕਿਲੋ ਬੀਜ ਪ੍ਰਤੀ ਏਕੜ ਆਪਾਂ ਵਰਤਣਾ ਹੈ ਇਹ ਜਿਹੜੀ ਕਿਸਮ ਆ 150 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ 35 ਕੁਇੰਟਲ ਝਾੜ ਤੱਕ ਦੀ ਸਮਰੱਥਾ ਹੈਗੀ ਹੈ ਜੇ ਆਪਾਂ ਬੀਜ ਖਾਦ ਪ੍ਰੋਪਰ ਸੰਤੁਲਿਤ ਵਰਤਦੇ ਆਂ ਖਾਦਾਂ ਦੇ ਵਿੱਚ ਇਹ ਆ ਕਿ ਘੱਟੋ ਘੱਟ ਜਿਹੜੀ ਰੂੜੀ ਖਾਦ ਆਪਾਂ 2-3 ਟਰਾਲੀਆਂ ਪਾਈਆਂ ਹੁਣ ਜਿਹੜੀ ਰეკਮੈਂਡੇਸ਼ਨ ਮੁਤਾਬਕ ਤੁਹਾਨੂੰ ਮੈਂ ਦੱਸਦਾ ਰੂੜੀ ਖਾਦ ਪੂਰੀ ਪਾਈ ਹੋਵੇ 12-13 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਆਪਾਂ 2-3 ਸਾਲ ਤੋਂ ਪਰਾਲੀ ਖੇਤ 'ਚ ਬਾਹ ਰਹੇ ਆਂ ਝੋਨੇ ਦੀ ਪਰਾਲੀ ਕਣਕ ਦਾ ਨਾੜ ਜਾਂ ਹਰੀਆਂ ਖਾਦਾਂ ਕਰ ਰਹੇ ਆਂ ਮਤਲਬ ਜ਼ਮੀ ਉਦੇ ਉੱਪਰ ਫਿਰ ਆਪਾਂ ਜਿਹੜੇ ਜੇ 5 ਨਵੰਬਰ ਤਾਈਂ ਬਜਾਈ ਕਰਦੇ ਆ 20 ਅਕਤੂਬਰ ਤੋਂ 5 ਨਵੰਬਰ ਤੱਕ ਫਿਰ ਜਿਹੜਾ ਹੈਗਾ ਡੂਡੀਆਂ ਖਾਦਾਂ ਆਪਾਂ ਵਰਤਣੀਆਂ ਨੇ ਨਹੀਂ ਆਪਰ ਕਮੈਂਡੇਸ਼ਨ ਦੇ ਅਨੁਸਾਰ 1 ਤੋਂ 1.5 ਗੱਟਾ ਤੱਕ ਡੀਪੀ ਤੇ 2.5 ਗੱਟੇ ਜਿਹੜੀ ਹੈਗੀ ਹੈ ਯੂਰੀਆ ਉਹ ਤਿੰਨ ਵਾਰੀ ਪਾਉਣੀ ਹੁੰਦੀ ਆ ਆਪਾਂ ਤੇ 20 ਕਿਲੋ ਜਿਹੜੀ ਪੋਟਾਸ਼ ਆ ਉਹ ਥੱਲੇ ਪਾ ਕੇ ਤੀਜਾ ਹਿੱਸਾ ਜਿਹੜੀ ਤੁਸੀਂ ਯੂਰੀਆ ਜਾਂ ਅੱਧੇ ਅੱਧੀ ਯੂਰੀਆ ਵਰਤ ਸਕਦੇ ਆ ਤੇ ਪੂਰੀ ਪोटाश ਤੇ ਫਾਸਫੋਰਸ ਜਿਹੜੀ ਆਪਾਂ ਉਹ ਬਜਾਈ ਟਾਈਮ ਪਾ ਦੇਣੀ ਹੈ ਬਾਕੀ ਜਿਹੜੀ ਯੂਰੀਆ ਬਚ ਗਈ ਉਹਨੂੰ ਚੌਥਾ ਚੌਥਾ ਹਿੱਸਾ ਕਰਕੇ ਆਪਾਂ ਪਹਿਲੇ ਤੇ ਦੂਜੇ ਪਾਣੀ ਤੇ ਪਾ ਦੇਣਾ ਹੁੰਦਾ ਬੀਜ ਸੋਧ ਜ਼ਰੂਰ ਕਰੋ ਬਜਾਈ ਅਪरांत ਨਦੀਨ ਨਾਸ਼ਕ ਦੇ ਨਾਲ ਜਿਹੜਾ ਵੀਡ ਕੰਟਰੋਲ ਬੜਾ ਜ਼ਰੂਰੀ ਹੈ ਬਜਾਈ ਅਪरांत 24 ਘੰਟੇ ਦੇ ਅੰਦਰ ਅੰਦਰ ਪੈਂਡੀਮੈਥ ਲੈਣੀ ਜਿਹੜੀ ਹੈਗੀ ਹੈ 1 ਤੋਂ 2 ਲੀਟਰ ਪ੍ਰਤੀ ਏਕੜ ਦੇ حساب ਨਾਲ 200 ਲੀਟਰ ਪਾਣੀ ਪਾ ਕੇ ਸਪਰੇਅ ਕਰੋ ਏ ਕਿਸਮ ਦਾ ਕੱਦ ਆ ਜਿਹੜਾ 100 ਸੈਂਟੀਮੀਟਰ ਹੈ ਔਸਤ ਕੱਦ 100 ਸੈਂਟੀਮੀਟਰ ਹੈ ਤੇ ਚਾੜ ਦੀ ਸਮਰੱਥਾ ਜਿਹੜੀ ਹੈਗੀ ਇਹਦੀ ਕਿਉਂ ਮੋٹے ਦਾਣੇ ਆ 1000 ਦਾਣੇ ਦਾ ਭਾਰ ਕਿਸਾਨ ਵੀਰੋ ਔਸਤ ਚਾੜ ਜਿਹੜਾ ਵਜਨ ਆ 46 ਗ੍ਰਾਮ ਮੋٹے ਦਾਣੇ ਆ ਬਹੁਤ ਚੰਗਾ ਝਾੜ ਜਿਹੜਾ ਦਿੰਦੀ ਹੈ ਕੱਦ 100 ਸੈਂਟੀਮੀਟਰ ਦਾਣ ਮੋਟਾ ਤੂੜੀ ਵੀ ਵਧੀਆ ਬਣਦੀ ਹੈਗੀ ਹੈ ਤੇ ਪੀਲੀ ਕੁੰਗੀ ਭੂਰੀ ਕੁੰਗੀ ਜਿਹੜੀ ਕਰਨਾਲ ਬੰਟ ਵਗੈਰਾ ਨੂੰ ਸਹਿਣ ਦੀ ਪੂਰੀ ਸਮਰੱਥਾ ਜਿਹੜੀ ਹੈਗੀ ਹੈ ਇਹ ਕਿਸਮ ਰੱਖਦੀ ਹੈ ਤੇ ਖਾਣ ਦੇ ਵਿੱਚ ਵੀ ਕੁਆਲਿਟੀ ਵਧੀਆ ਹੈ ਜ਼ਿੰਕ ਕੰਟੈਂਟ ਆਇਰਨ ਕੰਟੈਂਟ ਇਹਦੇ ਵਿੱਚ ਪੂਰਾ ਪੂਰੀ ਮਾਤਰਾ ਚ ਮੌਜੂਦ ਹੈ ਚਪਾਤੀ ਸਕੂਰ ਵੀ ਗੁੱਡ ਹੈ ਤੇ ਇੱਕ ਕਿਸਮ ਦੀ ਜਿਹੜੀ ਤੁਸੀਂ 5 ਨਵੰਬਰ ਤੱਕ ਗੇਤੀ ਬਿਜਾਈ ਚਾ ਗਿਆ ਵੈਸੇ ਜਿਹੜੀ ਮੈਂ ਤੁਹਾਨੂੰ ਰეკਮੈਂਡੇਸ਼ਨ ਦਿੰਦਾ ਉਹਨਾਂ ਗਾ 1 ਤੋਂ 15 ਨਵੰਬਰ ਨੂੰ ਜਿਹੜੀ ਬਿਜਾਈ ਕਰੋਗੇ 40 ਕਿਲੋ ਬੀ ਪਾ ਕੇ ਬੀਜ ਅਪਰੰਤ ਜਿਹੜੇ ਨਦੀਨ ਕੰਟਰੋਲ ਜ਼ਰੂਰ ਕਰੋ ਉਸ ਤੋਂ ਬਾਅਦ ਮੈਗਨੀ ਜਿੰਕ ਵਾਲੀਆਂ ਜਿਹੜੀਆਂ ਦੋ ਸਪਰੇਆਂ ਘਟੋ ਘਟ ਮੈਗਨੀ ਜਿੰਕ ਕਲੀ ਦਾ ਪਾਣੀ ਜ਼ੂਰ ਗਿਆ ਤੇ ਗੋਭ ਟਾਈਮ ਆਉਣ ਤੇ ਐਨ ਪੀ ਕੇ 13 0 45 ਵਰਤ ਸਕਦੇ ਜੇ ਤੁਸੀਂ 5 ਨਵੰਬਰ ਤੱਕ ਬੀਜੀ ਆ 20 ਅਕਤੂਬਰ ਤੋਂ ਤੇ ਇਹਦੇ ਵਿੱਚ ਖਾਦ ਵਗੈਰਾ ਵੱਧ ਪਾਈ ਹੋਈ ਆ ਤਾਂ ਫਿਰ ਤੁਸੀਂ ਜਿਹੜੀ ਹੈਗੀ ਆ 2 ਸਪਰੇਅ 60 ਤੇ 75 ਦੇ ਨਾਲੀਆਂ ਜਿਹੜੀਆਂ ਤੁਸੀਂ ਕਲੋਰਮ ਕੁਆਰਟਕਲ ਰਾਈਟ ਤੇ ਟਿੱਬੂ ਕੋਲ ਨਾਲ ਚੋਲਦੀ ਤੇ ਬਹੁਤ ਸ਼ਾਨਦਾਰ ਝਾੜ ਵਾਲੀ ਕਿਸਮ ਆ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲਾਂ ਦੇ ਵਿੱਚ ਬੀਜੀ ਆ ਉਹ ਥੱਲੇ ਆਪਦੇ ਰਿਵਿਊ ਜ਼ਰੂਰ ਦੇ ਜਾਈ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ